आज का साडा पर्पस है वो एडमिशन दे लई है कि एलुमनाई नाल लिंकेज बढ़ा के एडमिशन इंस्टीट्यूशन दी बढ़ाई जाए। बट जितने तक मैं सोचता हूं कि एलुमनाई दा बहुत मान सम्मान है, हम उन सभी का हार्दिक अभिनंदन करते हैं। जैसे कि विकास सर ने आपको बताया ही है, दोस्त बनावे पर अब दोस्ती थकने लगी है। किसी का पेट निकल आया है तो किसी के बाल पकने लगे हैं। सब पर भारी जिम्मेदारी है। सब सब तो पहला तो सारे आज के फंक्शन की बहुत बहुत बधाई है, क्योंकि एक बहुत वधिया गल लगती है। मैं तुहानू अपनी गल दसदा कि जदों प्रोफेसर साहब का फोन गया, परसों ही फोन गया कि अर्जेंटली मीटिंग कर रहे हैं। मैं तो रेडी चेती तो कुछ भी नहीं हो सकता। मैं लगभग कोई 30-40 फोन किए हैं, एक पहुंचे है। अच्छा जी, कुछ तो ऐसा ना भी जो बंदा रिटायर हो जाता ना, उसके पैसे भी रोल जो बहुत हो जाते हैं। ऐ हमने जी सा मैडम कविता सुना के गए स्टूडेंट बहुत वधिया लगे सारे। जिवें प्रोफेसर साहब ने कहा कि सानू इहो लगदा सी कि साडा ही सैशन वधिया, क्योंकि असीं उदों ही रहिंदे आ ते सैशन उदों छोटा हुंदा सी ते अजे मिलदे आ ते उदों ही सैशन पूरा हो जांदा सी ते बाद दे विच तां ज्यादा रहि जांदे आ। ते उस वेले पहला तां मैं इक ना कविता सुनाई सी उस सैशन दे विच, ते प्रोफेसर संधू साहब ने मैनूं अज उहदे जदों 2-3 स्टूडेंट्स ने कविता सुनाई ते मैनूं वी याद आ रिहा सी। मैं जे ज्यादा नहीं तां इक पहला तां जरूर सुना दिया। कविता सी जी आदर्श अध्यापक। आदर्श अध्यापक की हुंदा है? बड़ा अच्छा नहीं सी उस टाइम, बट आई एम वेरी हैप्पी टू सी दिस प्रोग्रेस। शिव कुमार बटालवी बहुत अच्छे पोएट हुए हैं, ते उन्हां दी लिखियां कविताएं जो मैं गांदी थी कॉलेज भी, डीएवी कॉलेज और इत्थे भी, तो आई वाज रॉड। तेरी याद सानू मनस के कुछ पीड़ा कर गई वे, क्योंकि अज असीं एडे एडे वधिया वधिया तनखावां लैंदे आ, तां इस जगह दी बदौलत ए मेरी मंदर है, मेरा स्कूल नूं हुण मंदर मन्निया आ सारा कुछ,
ਤੇ ਇਸ ਕਰਕੇ ਜ਼ਰੂਰ ਹਰ ਇੱਕ ਜੀ ਦਾ ਥੈਂਕਸ ਹੈ। ਇੱਕ ਬੱਚੇ ਜਿਹੜੇ ਤੁਹਾਨੂੰ ਬੀ ਐਡ ਕਰਕੇ ਕਰ ਰਹੇ ਹੋ, ਇਹਨਾਂ ਨੂੰ ਕਈ ਲੋਕੀ ਕਹਿੰਦੇ ਹੋਣਗੇ ਲੈ ਬੀ ਐਡ ਕਰ ਲਈ ਤੂੰ, ਤੈਨੂੰ ਕੀ ਮਿਲਣਾ, ਕੋਈ ਪਰਵਾਹ ਨਹੀਂ ਕਰਨੀ ਪੁੱਤਰ, ਇਹਨੇ ਕਿਤੇ ਨਾ ਕਿਤੇ ਜ਼ਰੂਰ ਕੰਮ ਆਉਣਾ। ਮੇਰੀ ਬੇਟੀ ਨੂੰ ਜਦੋਂ ਮੈਂ ਪਾਇਆ ਇੰਜੀਨੀਅਰਿੰਗ ਕਾਲਜ 'ਚ ਆਈ ਟੀ 'ਚ, ਮੇਰੇ ਰਿਸ਼ਤੇਦਾਰ ਲੈ ਇੰਜੀਨੀਅਰਿੰਗ ਪਾਤਾ, ਉਹਨੇ ਮੈਨੂੰ ਇੱਕ ਫੋਟੋ ਭੇਜੀ, ਇੱਧਰੋਂ ਇੰਜੀਨੀਅਰ ਆ ਰਹੇ ਤੇ ਇੱਧਰੋਂ ਭੇਡਾਂ ਜਾ ਰਹੀਆਂ ਬਾਹਰ, ਇੱਦਾਂ ਫੋਟੋ ਜੀ ਸੀਗੀ ਵੀ ਇੰਜੀਨੀਅਰ ਬਣ ਕੇ ਇੱਦਾਂ ਇਕੱਠੇ ਹੋਈ ਜਾਂਦੇ ਆ। ਮੈਂ ਨਹੀਂ ਮੰਨਿਆ, ਮੈਂ ਕਿਹਾ ਕੋਈ ਨਹੀਂ, ਅਸੀਂ ਮੇਰਾ ਜੋ ਮਨ ਆ ਆਪਣੇ ਮਨ ਦੀ ਜ਼ਰੂਰ ਕਰੋ, ਇਹ ਨਹੀਂ ਵੀ ਮੇਰੇ ਨਾਲ ਦੇ ਟੀਚਰ ਨੇ ਉਹਨੂੰ ਮੈਡੀਕਲ ਰਖਾਇਆ, ਮੈਂ ਆਪਣੇ ਬੱਚੇ ਨੂੰ ਮੈਡੀਕਲ ਰਖਾਉਣਾ, ਨਹੀਂ ਤਾਂ ਮੇਰੀ ਬੇਇੱਜ਼ਤੀ ਹੋ ਜੂਗੀ। ਨਹੀਂ, ਤੁਸੀਂ ਜੋ ਬੱਚਾ ਤੁਹਾਡਾ ਲਾਈਕ ਕਰ, ਅੱਛਾ ਉਹਨੂੰ ਇੱਥੇ ਕਰਵਾਤਾ, ਸਾਰਿਆਂ ਨੇ ਜਦੋਂ ਕਿਤੇ ਰਿਸ਼ਤੇਦਾਰੀ ਫੰਕਸ਼ਨ ਤੇ ਜਾਣਾ, ਯਾਰ ਤੂੰ ਕੀ ਕੀਤਾ, ਤੂੰ ਪਾਪ ਮਾਸਟਰ ਆ ਤੂੰ ਕੀਤਾ, ਮੈਂ ਕਿਹਾ ਮੇਰੀ ਬੇਟੀ ਨੋਨ ਮੈਡੀਕਲ 'ਚ ਨਹੀਂ ਚੱਲ ਸਕਦੀ ਜੀ, ਦੂਜੇ ਮੈਂ ਉਹਨੂੰ ਵੀ ਤਾਂ ਕਬਜ਼ਾ ਨਹੀਂ ਕਰਦਾ, ਇੰਜੀਨੀਅਰਿੰਗ ਕਾਲਜ ਸੀਗਾ ਉਹ ਸਾਡੇ ਦੋਪਾ ਕਾਲਜ ਖੁੱਲ੍ਹਿਆ ਸੀਗਾ ਉੱਥੇ ਕਰ ਲਿਆ। ਇਸ ਵੇਲੇ ਮੇਰੀ ਬੇਟੀ ਹਿਆਲਾ ਸਕੂਲ 'ਚ ਵੋਕੇਸ਼ਨਲ ਟੀਚਰ ਹੈ, ਹੁਣ ਉਹਨਾਂ ਦੇ ਮੂੰਹ ਬੰਦ ਹੋਏ ਆ। ਇਸ ਕਰਕੇ ਇੱਕ ਆਪਣੀ ਮਰਜ਼ੀ ਕਰੋ, ਇੱਕ ਜੋ ਤੁਸੀਂ ਚਾਹੁੰਦੇ ਆਪਣਾ ਕਰੋ, ਲੋਕਾਂ ਦੀ ਪਰਵਾਹ ਨਹੀਂ ਕਰਨੀ, ਤੁਹਾਨੂੰ ਜੀਣ ਨਹੀਂ ਦੇਣਾ, ਜੇ ਤੁਸੀਂ ਚੰਗਾ ਕਰੋਗੇ ਤਾਂ ਵੀ ਨਹੀਂ ਜੀਣ ਦੇਣਾ, ਜਾਂ ਕਿਸ ਤਰ੍ਹਾਂ। ਇੱਥੇ ਸਾਡੇ ਮੈਡਮ ਆ, ਉਹਨਾਂ ਨੂੰ ਫੇਸ ਤੋਂ ਜਾਣਦਾ, ਡਿਪਟੀ ਮੈਡਮ ਸਾਡਾ, ਇਹ ਸਾਡੇ ਗਰੁੱਪ 'ਚ ਆ ਇੱਕ ਇੰਗਲਿਸ਼ ਦੇ ਵਿੱਚ, ਅਸੀਂ ਤਾਂ ਖੈਰ ਹੁਣ ਨਵੇਂ ਦੇ ਬਰਾਬਰ ਨਹੀਂ ਹੈਗੇ ਪੁਰਾਣੇ, ਕਿਉਂਕਿ ਨਵੇਂ ਜਿਹੜੀ ਕਰੀਮ ਆ ਰਹੀ ਹੈ ਸਾਡੇ ਕੋਲ, ਸਾਨੂੰ ਤਾਂ ਡਰ ਲੱਗਦਾ ਕਈ ਵਾਰੀ ਵੀ ਇਹ ਬੱਚੇ ਪਰਮਾਤਮਾ ਇਹਨਾਂ ਨੂੰ ਹੋਰ, ਕਿਉਂਕਿ ਕਰੀਮ ਆ ਸਕਦੀ, ਅਸੀਂ ਤਾਂ ਸਿਰਫ ਨੰਬਰਾਂ ਦੇ ਬੇਸ 'ਤੇ ਆ ਗਏ ਸੀ, ਜਿੱਦਾਂ ਸਰ ਕਹਿੰਦੇ ਤਾਂ ਬੜਾ ਔਖਾ ਸੀ ਜਿਹੜਾ ਮਿਲਣਾ ਐਡਮਿਸ਼ਨ, ਮੇਰਾ ਫੋਰਥ ਵੇਟਿੰਗ ਲਿਸਟ 'ਚ ਨਾ ਆਇਆ ਸੀ, ਉਹ ਵੀ ਕੰਟੀਨ ਇੰਨਾ ਗੈਮ ਆ। ਮੈਂ ਆਪਣੇ ਪਾਪਾ ਦਾ ਸਕੂਲ ਜੁਆਇਨ ਕੀਤਾ ਅਤੇ ਹੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਜਦੋਂ ਉਹ ਜੁਆਇਨ ਕੀਤਾ ਤਾਂ ਪਾਪਾ ਕਹਿ ਰਹੇ ਵਿਦਆਊਟ ਬੀ ਐਡ ਤੂੰ ਕੁਛ ਵੀ ਨਹੀਂ ਹੈਗੀ, ਤਾਂ ਉਸ ਵੇਲੇ ਅਰਲੀ ਏਜ 'ਚ ਮੈਰਿਜ ਹੋਣ ਕਰਕੇ ਮੈਨੂੰ ਟਾਈਮ ਵੀ ਨਹੀਂ ਮਿਲਿਆ ਕਿ ਮੈਂ ਬੀ ਐਡ ਕਰ ਸਕਾਂ। ਇੱਥੇ ਮੈਂ ਕਿੱਟੀ 'ਤੇ ਗਈ ਅਤੇ ਮੇਰੀ ਫਰੈਂਡਸ ਕਹਿੰਦੀ ਆ ਬੀ ਐਡ ਓਪਨ ਹੋ ਰਹੀ ਆ, ਮੇਰੀ ਤਾਂ ਖੁਸ਼ੀ ਕੀਤੀ ਤਾਂ ਨਾ ਕੋਈ ਸੀਮਾ ਹੀ ਨਹੀਂ ਰਹੀ, ਬੀ ਐਡ ਓਪਨ ਹੋ ਰਹੀ ਆ। ਮੈਂ ਜਲਦੀ ਜਲਦੀ ਪਾਪਾ ਕੋ ਗਈ, ਮੈਂ ਕਿਹਾ ਬੀ ਐਡ ਓਪਨ ਹੋ ਰਹੀ, ਮੈਂ ਤਾਂ ਕਰਦੀ ਕਰਨੀ ਆ।
चलो फोन पर तो मैरिज नाम आ गया सी बीएड कर ली। फिर थोड़ी देर बाद मैं सर नु कहा सर मेरी बीएटी ने ना बाहर का बनाना वा बट गैप ना शो हो इसलिए असि ना बीएड अप्लाई करा दें। सर कहते कोई ना अज भी मेरी ना जिदा आवाज शिवरिंग हो रही है मैं अपनी व्यूज एक्सप्रेस नहीं कर पा रही क्योंकि शायद फेस फियर है मे बी बट फिर भी मैं ट्राई कर रही कि मैं बोला। इतने मेरी स्टूडेंट भी बैठी है जिन्हें साढ़े स्कूल तो टेंथ की है तो साढ़े स्कूल की टॉपर रही है हरसिमरत कौर। उस टाइम ये बच्ची पंजाब च सैवंथ नंबर पर आई सी शायद उस भी साड़ी गलती सी कि असी सोचा भी फर्स्ट टाइम सीसीए होंगी है तो सारे बच्चे तो पूरे मार्क्स देंदे ही नहीं है असी ये दो तीन नंबर कट करते उदी करके शायद ये सैकेंड थर्ड नंबर पर बच्चा आ जाता बट जिदा कह लो ना फर्स्ट टाइम सीसीए का शो हो रहा है तो असी ये दो तीन नंबर अपने आप कट दिते से शायद ये बच्चा उस समय पंजाब चो सैकेंड या थर्ड नंबर पर होंगे। मैंने ये भी बहुत खुशी है भी मैं अज उस कॉलेज है जिते मेरी बेटी मेरे स्टूडेंट इतने पढ़ रहे हैं। सर मैं बहुता कुछ बोल नहीं पा रही बट आई रियली रियली वेरी हैप्पी थैंक यू। ते मेरा मतलब मैं पहला नाम नहीं लिखवाया सी बात पूछ रहे थे कि गुड़िया छोटी मैंने मेरे को नहीं जाया जाना पर बोले बिना रेया नहीं जाना। मैं जदों भी आई इतने आंदे टीचर्स नु देखा मतलब एक अलग ही फीलिंग सी गेट तो बड़ी मेरे मुंह चो पता की निकलिया जय कॉलेज मतलब इन्नी ही मन च खुशी हुई डिंपी की मैंने कॉल आई कि आई तो मेरे हसबेंड कहते कि नहीं गुड़िया छोटी है नहीं जाना पर मैं मतलब कहा कि मैं जाना ही जाना है जो मर्जी कर लो। मैं घर कोई भी नहीं सी मैं सारा काम दोपहर तक दा नबेड़ के रोटी पानी दोपहर की भी बना के फिर आई हूँ मैं क्या मैं जाना ही हाँ कहते मैं क्या एक लै जानी है एक ने स्कूल चल जाना कहते नहीं दूजी को छुट्टी होगी रब की दया ना वो भी ना इतने आई पर मेरे को बोले बिना रहा नहीं गया। जदों ही विकास सर ने शुरुआत की मैडम पी ने मैं क्या देख ला सर का लहजा हो गया हजे इन्नी उच्ची गली है बिल्कुल बड़े वधिया ते मैनू बहुत बहुत खुशी इतने आके मैं क्लास भी एन जी बोलती सी मैं हूँ भी एन जी बोलती हाँ तो मैनू पता कि मैं क्लास बहुत शर्त करती सी हूँ मैनू मतलब अपना कॉलेज देख के इन्ना ज़्यादा खुश हुई हाँ ना मैं तो ये एलुमनाई मीट हर वारी होवे रब इदे ही इस कॉलेज में भाग लावे तरक्की करे इतने स्टूडेंट्स वध तो वध आन ते सानू इदे ही बुलाते रहो। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੱਥੇ ਬੁਲਾਇਆ ਅਤੇ ਇੰਨਾ ਸਾਨੂੰ ਪੁਰਾਣਾ ਮਾਹੌਲ ਦਿੱਤਾ। ਹੁਣ ਮੈਂ ਇੱਕ ਸੌਂਗ ਛੋਟੇ ਜਿਹੇ ਦੋ ਤਿੰਨ ਲਾਈਨਾਂ ਹੀ ਸੁਣਾਉਂਗੀ। ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ ਜਿੰਨਾ ਰਹਾਂਗੀ ਮੈਂ ਸਾਰ ਨਾ ਜਾਣਾ ਉਨੀ ਰਾਈ ਵੇ ਸਾਨੂੰ ਮੁੜਨਾ ਪਿਆ ਉਨੀ ਰਾਈ ਵੇ ਸਾਨੂੰ ਮੁੜਨਾ ਪਿਆ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ ਹਾਏ ਰੱਖ ਲੈਂਦੇ ਸੀ ਟੀਚਰਸ ਨੂੰ ਅਤੇ ਉੱਥੇ ਪ੍ਰਿੰਸੀਪਲ ਸੀ ਵਿਜੇ ਦੱਤਾ ਸਰ ਨਾਓ ਹੀ ਇਜ਼ ਨੋ ਮੋਰ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਜਿੰਨੀਆਂ ਮਰਜ਼ੀ ਪੋਸਟ ਗ੍ਰੈਜੂਏਸ਼ਨ ਕਰ ਲੈ ਜਦ ਤੱਕ ਤੂੰ ਪ੍ਰੋਫੈਸ਼ਨਲ ਡਿਗਰੀ ਨਹੀਂ ਨਾ ਲੈਂਦੀ ਕਿ ਤੈਨੂੰ ਜੋਬ ਨਹੀਂ ਮਿਲਣੀ। ਮੈਂ ਕਿਹਾ ਸਰ ਮੈਂ ਟੀਚਰ ਬਣਨਾ ਹੀ ਨਹੀਂ ਵੀ ਮੇਰਾ ਏਮ ਹੈਗਾ ਕਿ ਮੈਂ ਬੈਂਕ ਵਗੈਰਾ ਦੇ ਵਿੱਚ ਕਿਤੇ ਜਾਣਾ ਮੈਂ ਐਮਕੌਮ ਕੀਤੀ ਆ ਇਹ ਤਾਂ ਐਵੇਂ ਘਰਦਿਆਂ ਨੇ ਕਿਹਾ ਕਿ ਚਲੋ ਲੱਗ ਜਾਓ ਕਿਤੇ ਅਜੇ ਜਦ ਤੱਕ ਤੁਸੀਂ ਬੈਂਕਸ ਵਗੈਰਾ ਦੇ ਟੈਸਟ ਦਿੰਦੇ ਆ। ਸਰ ਕਹਿੰਦੇ ਨਹੀਂ ਤੂੰ ਇੱਦਾਂ ਕਰ ਤੂੰ ਬੀਐਡ ਕਰ ਹੈ ਅਤੇ ਤੈਨੂੰ ਮੁੜ ਕੇ ਅਸੀਂ ਇੱਥੇ ਹੀ ਰੱਖ ਲਾਂਗੇ ਪੀਟੀਏ 'ਚੋਂ ਰੱਖ ਲਾਂਗੇ ਨਾਲ ਤੇਰੀ ਸੈਲਰੀ ਵਧਾ ਦਾਂਗੇ। ਅਤੇ ਉੱਥੇ ਮੈਂ ਡਿਸਾਈਡ ਕੀਤਾ ਚਲੋ ਅਸੀਂ ਬੀਐਡ ਦਾ ਟੈਸਟ ਦਿੱਤਾ ਦੋਨੇ ਸਿਸਟਰਸ ਨੇ ਬੀਐਡ ਦਾ ਟੈਸਟ ਦੇ ਦਿੱਤਾ ਬੀਐਡ ਕਰ ਲਈ। 2006 ਦੇ ਵਿੱਚ ਖਾਲਸਾ ਕਾਲਜ ਗੜਸ਼ੰਕਰ ਦੇ ਵਿੱਚ ਮੇਰੀ ਅਪੁਆਇੰਟਮੈਂਟ ਹੋ ਗਈ ਅਤੇ ਉਸ ਤੋਂ ਬਾਅਦ ਆਫਟਰ 6 ਮੰਥਸ ਮੈਨੂੰ ਜਿਹੜੀ ਹੈ ਗਵਰਨਮੈਂਟ ਜੋਬ ਮਿਲ ਗਈ।
ਤੇ ਉਹ ਸਰਦੀਆਂ ਹੀ ਬਲੇਸਿੰਗਸ ਸੀ ਕਦੀ ਸੋਚਿਆ ਹੀ ਨਹੀਂ ਸੀ ਕਿ ਗਵਰਨਮੈਂਟ ਜੌਬ ਮਿਲੇਗੀ 6 ਮਹੀਨੇ ਹੀ ਖਾਲਸਾ ਕਾਲਜ ਗੜਸ਼ਨ ਦਾ ਟੀਚ ਕੀਤਾ ਐਜ਼ ਅ ਕਾਮਰਸ ਟੀਚਰ ਤੇ ਬਾਅਦ ਦੇ ਵਿੱਚ ਮੈਨੂੰ ਜਿਹੜੀ ਹੈ ਗਵਰਨਮੈਂਟ ਜੌਬ ਮਿਲੀ ਤੇ ਮੈਂ ਹਮੇਸ਼ਾ ਜਿਹੜੀ ਆ ਉਹਨਾਂ ਦੀ ਰਿਣੀ ਰਵਾਂਗੀ ਤੇ ਦੂਸਰੀ ਗੱਲ ਜਦੋਂ ਮੈਂ ਬੀ ਐਡ ਦਾ ਕੰਬੀਨੇਸ਼ਨ ਸਿਲੈਕਟ ਕਰਕੇ ਆਈ ਤੇ ਗੁਰਵਿੰਦਰ ਮੈਮ ਨੇ ਮੈਨੂੰ ਕਿਹਾ ਕਿ ਤੁਸੀਂ ਮਤਲਬ ਐਮ ਏ ਇੰਗਲਿਸ਼ ਕੀਤੀ ਹੋਈ ਤੁਸੀਂ ਪੰਜਾਬੀ ਕਿਉਂ ਰੱਖਿਆ ਨਾ ਕੰਬੀਨੇਸ਼ਨ ਮੈਂ ਕਿਹਾ ਮੈਮ ਮੈਂ ਸੁਣਿਆ ਆ ਕਹਿੰਦੇ ਜੀ ਪੰਜਾਬੀ ਦੀਆਂ ਪੋਸਟਾਂ ਨਹੀਂ ਨਿਕਲਦੀਆਂ ਸਰਕਾਰੀ ਸਕੂਲਾਂ ਦੇ ਵਿੱਚ ਤੇ ਇਸ ਕਰਕੇ ਮੈਂ ਸੋਰੀ ਇੰਗਲਿਸ਼ ਦੀ ਪੋਸਟ ਜਿਹੜੀ ਉਹ ਨਹੀਂ ਹੁੰਦੀ ਤੇ ਮੈਂ ਪੰਜਾਬੀ ਰੱਖ ਲਈ ਮੈਮ ਕਹਿੰਦੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਤੁਸੀਂ ਏਦਾਂ ਕਰੋ ਤੁਸੀਂ ਇੰਗਲਿਸ਼ ਰੱਖੋ ਕਿ ਉਹਦਾ ਕਿਤੇ ਨਾ ਕਿਤੇ ਇਨ ਫਿਊਚਰ ਲੌਂਗ ਟਰਮ ਤੁਸੀਂ ਜਿਹੜਾ ਬੈਨੀਫਿਟ ਤੁਹਾਨੂੰ ਜ਼ਰੂਰ ਮਿਲੇਗਾ ਤੇ ਮੈਮ ਦੇ ਕਹਿਣ ਤੇ ਮੈਂ ਕੰਬੀਨੇਸ਼ਨ ਚੇਂਜ ਕਰਵਾ ਕੇ ਆਈ ਦੁਬਾਰਾ ਯੂਨੀਵਰਸਿਟੀ ਮੈਨੂੰ ਅੱਜ ਵੀ ਯਾਦ ਆ 300 ਰੁਪਇਆ ਮੇਰਾ ਲੱਗਾ ਸੀ ਤੇ ਮੇਰੇ ਮਦਰ ਬਹੁਤੇ ਪੜ੍ਹੇ ਲਿਖੇ ਨਹੀਂ ਸੀ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਸੋਚ ਸਮਝ ਕੇ ਰੱਖਣਾ ਸੀ ਉਹਨਾਂ ਨੂੰ ਚੰਡੀਗੜ੍ਹ ਲੈ ਕੇ ਗਈ ਦੁਬਾਰਾ ਚੇਂਜ ਕਰਾ ਕੇ ਮੈਂ ਕਿਹਾ ਨਹੀਂ ਸਾਡੇ ਮੈਮ ਕਹਿ ਰਹੇ ਆ ਤੇ ਅੱਜ ਉਹਦਾ ਰਿਜ਼ਲਟ ਸਾਹਮਣੇ ਆ ਕਿ ਮੈਨੂੰ ਜੌਬ ਮਿਲੀ ਐਂਡ ਆਈ ਆਲਵੇਜ਼ ਇੰਡਕਟਡ ਟੂ ਗੁਰਵਿੰਦਰ ਮੈਮ ਐਂਡ ਆਲ ਫੈਕਲਟੀ ਮੈਂਬਰਸ ਜਿਨ੍ਹਾਂ ਨੇ ਸਾਨੂੰ ਇੰਨਾ ਅੱਛਾ ਗਾਈਡ ਕੀਤਾ ਇੰਨਾ ਅੱਛਾ ਪੜ੍ਹਾਇਆ ਕਿ ਅੱਜ ਅਸੀਂ ਸਟੇਜ 'ਤੇ ਹੈਗੇ ਹਾਂ ਟੂਡੇ ਆਈ ਐਮ ਵਰਕਿੰਗ ਐਜ਼ ਅ ਸਟੇਟ ਰਿਸੋਰਸ ਪਰਸਨ ਇਨ ਐਜੂਕੇਸ਼ਨ ਡਿਪਾਰਟਮੈਂਟ ਮੈਂ ਵਰਕ ਬੁੱਕਸ ਜਿਹੜੀਆਂ 6th to 10th ਆਪਣੇ ਸਕੂਲ ਦੀਆਂ ਇੰਗਲਿਸ਼ ਦੀਆਂ ਹੈਗੀਆਂ ਆ ਆਲ ਓਵਰ ਪੰਜਾਬ ਦੇ ਵਿੱਚ ਜਿਹੜੀਆਂ ਸਰਕੂਲੇਟ ਹੋਈਆਂ ਆ ਅਤੇ ਉਹਦੀ ਰਾਈਟਰ ਆ ਨਾਲ ਦੀ ਨਾਲ ਜਿਹੜਾ ਐਜੂਕੇਅਰ ਐਪ ਜਿਹੜਾ ਕਿ ਕਰੋਨਾ ਕਾਲ ਦੇ ਵਿੱਚ ਬਹੁਤ ਵੱਡਾ ਵਰਦਾਨ ਸਾਬਤ ਹੋਈ ਹੈ ਬੱਚਿਆਂ ਦੇ ਲਈ ਸਰਕਾਰੀ ਸਕੂਲ ਦੇ ਉਹਦੇ ਵਿੱਚ ਵੀ ਮੇਰਾ ਕੰਟੈਂਟ ਹੈ ਡੀਡੀ ਪੰਜਾਬੀ ਅਤੇ ਐਨ ਸੀ ਆਰ ਟੀ 'ਤੇ ਲੈਕਚਰਸ ਜਿਹੜੇ ਆ ਆਲ ਇੰਡੀਆ ਰੇਡੀਓ 'ਤੇ ਲੈਕਚਰਸ ਮੇਰੇ ਆਏ ਆ ਟੀਚਿੰਗ ਨਾਲ ਸੰਬੰਧਿਤ ਅਤੇ ਇਸ ਚੀਜ਼ 'ਤੇ ਬੜਾ ਮਾਣ ਮਹਿਸੂਸ ਹੁੰਦਾ ਆ ਕਿ ਅਸੀਂ ਕਿਤੇ ਨਾ ਕਿਤੇ ਜੇ ਅਸੀਂ ਇਸ ਕਾਲਜ ਤੋਂ ਪੜ੍ਹ ਕੇ ਗਏ ਹਾਂ ਤਾਂ ਕਿਤੇ ਨਾ ਕਿਤੇ ਸਾਡਾ ਜਿਹੜਾ ਸਿੱਖਿਆ ਹੈਗਾ ਆ ਜੋ ਵੀ ਅਸੀਂ ਲਰਨ ਕੀਤਾ ਉਹ ਕੰਮ ਆਇਆ ਤੇ ਕਾਲਜ ਦੇ ਵਿੱਚ ਜਦੋਂ ਅਸੀਂ ਮੈਨੂੰ ਪੋਇਮਸ ਬੋਲਣ ਦਾ ਬਹੁਤ ਸ਼ੌਕ ਸੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕਿਰਨਦੀਪ 2016-18 ਸੈਸ਼ਨ ਦੀ ਸਟੂਡੈਂਟ ਨਾਉ ਮੈਂ ਜੈਨ ਮਾਡਲ ਪਬਲਿਕ ਸਕੂਲ 'ਚ ਟੀਚ ਕਰ ਰਹੀ ਹਾਂ ਅਤੇ ਨਾਲ ਹੀ ਬਲੋਕ ਸਮਿਤੀ ਦੀ ਮੈਂਬਰ ਵੀ ਰਹੀ ਹਾਂ ਅਤੇ ਐਸ ਸੀ ਬੀ ਸੀ ਫਰੰਟ ਵੈਲਫੇਅਰ ਫਰੰਟ ਹੈ ਉਹਦੀ ਪੂਰੇ ਪੰਜਾਬ ਦੀ ਪ੍ਰੈਜ਼ੀਡੈਂਟ ਵੀ ਹਾਂ ਸਾਡੇ ਪੈਸੇ ਤਾਂ ਦਵਾ ਦਿਓ ਫਿਰ ਪਿਛਲੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਵੈਸੇ ਤਾਂ ਹਰ ਸਾਲ ਹੀ ਮੈਮ ਕਾਲ ਕਰਦੇ ਆ ਰਸ਼ਮੀ ਮੈਡਮ ਨਹੀਂ ਤੂੰ ਆਉਣਾ ਹੀ ਆਉਣਾ ਹੈ ਨਹੀਂ ਤੂੰ ਆਉਣਾ ਹੀ ਆਉਣਾ ਆ ਮੈਂ ਇਸ ਕਾਲਜ ਤੋਂ ਬਹੁਤ ਸਿੱਖਿਆ ਬਹੁਤ ਜ਼ਿਆਦਾ ਸਿੱਖਿਆ ਜਿੱਦਾਂ ਕਿ ਡਿੰਪੀ ਮੈਮ ਨੇ ਕਿਹਾ ਕਿ ਜੋਤੀ ਅਤੇ ਮੈਂ ਅਸੀਂ ਸਿਸਟਰ ਸਿੱਖਿਆ ਮੇਰੀ ਵੀ ਸਿਸਟਰ ਸੀ ਕਿਰਨ ਐਂਡ ਅਮਨ ਪੂਰੇ ਕਾਲਜ 'ਚ ਮਸ਼ਹੂਰ ਸੀ ਅਸੀਂ ਦੋਨੋਂ ਕੋਈ ਵੀ ਫੰਕਸ਼ਨ ਆਉਣਾ ਤੁਸੀਂ ਆ ਜਾਓ ਇੱਥੇ ਕੋਈ ਵੀ ਫੰਕਸ਼ਨ ਆਉਣਾ ਜੇ ਅਸੀਂ ਕਹਿਣਾ ਕਿ ਨਹੀਂ ਮੈਡਮ ਨਹੀਂ ਆ ਹੋਣਾ ਹੈਗਾ ਨਹੀਂ ਸਾਨੂੰ ਕੋਈ ਪ੍ਰੋਬਲਮਸ ਆ ਜਾਂ ਇੱਦਾਂ ਵਾ ਮੈਂ ਮੈਰਿਡ ਸੀਗੀ ਮੇਰੀ ਸਿਸਟਰ ਅਨਮੈਰਿਡ ਸੀ ਅਤੇ ਨਹੀਂ ਤੁਸੀਂ ਆਉਣਾ ਹੀ ਆਉਣਾ ਅਸੀਂ ਇੰਨੀਆਂ ਐਕਟਿਵ ਸੀ ਨਾ ਸਕੂਲ ਸਾਰੇ ਕਾਲਜ 'ਚ ਸਾਰੇ ਟੀਚਰਸ ਨੂੰ ਪਹਿਲਾਂ ਤਾਂ ਇਹੀ ਨਹੀਂ ਸੀ ਪਤਾ ਚੱਲਦਾ ਕਿ ਕਿਰਨ ਕੌਣ ਹੈ ਅਤੇ ਅਮਨ ਕੌਣ ਸਾਰੇ ਕਨਫਿਊਜ਼ ਹੋ ਜਾਂਦੇ ਸੀਗੇ ਕਿ ਅਮਨ ਸਾਡਾ ਸੈਕਸ਼ਨ ਅਲੱਗ ਅਲੱਗ ਹੁੰਦਾ ਸੀਗਾ ਮੈਂ ਆਪਣੇ ਸੈਕਸ਼ਨ ਦੀ ਪ੍ਰੈਜ਼ੀਡੈਂਟ ਸੀ ਮੇਰੀ ਸਿਸਟਰ ਉਹ ਆਪਣੇ ਸੈਕਸ਼ਨ ਦੀ ਪ੍ਰੈਜ਼ੀਡੈਂਟ ਸੀ ਸੰਜੇ ਸਰ ਨੇ ਸਾਨੂੰ ਬਹੁਤ ਸਪੋਰਟ ਕੀਤਾ ਮੈਂ ਨਾ ਸੰਜੇ ਸਰ ਦੀ ਕਲਾਸ 'ਚ ਮੈਂ ਬਹੁਤ ਸ਼ਰਾਰਤਾਂ ਕਰਦੀ ਹੁੰਦੀ ਸੀ ਨਾ ਸਰ ਨੇ ਨਾ ਮੈਂ ਕਨਫਿਊਜ਼ ਹੀ ਰੱਖਣਾ ਸਰ ਇਹ ਕਿੱਦਾਂ ਏਦਾਂ ਕਿੱਦਾਂ ਹੋ ਗਿਆ ਨਹੀਂ ਸਰ ਏਦਾਂ ਨਹੀਂ ਤੁਸੀਂ ਪਹਿਲਾਂ ਏਦਾਂ ਦੱਸੋ ਕਿ ਇਹ ਕਿੱਦਾਂ ਹੋ ਗਿਆ ਸਭ ਤੋਂ ਵੱਡੀ ਗੱਲ ਹੈ ਤੇਰੇ ਲਈ ਅਚੀਵਮੈਂਟ ਤੂੰ ਸੰਜੇ ਨੂੰ ਕਨਫਿਊਜ਼ ਕਰਤਾ ਉਹ ਤਾਂ ਪੰਜਾਬ ਹੀ ਕਿਵੇਂ ਕਰਤਾ ਗਿਆ ਬਗੈਰ ਪੁਆਇੰਟ ਤੋਂ ਨਾ ਇਹਨਾਂ ਨੇ ਮੇਰੇ ਤੋਂ ਐਕਸਪਲੇਨੇਸ਼ਨ ਲੈਣੀ ਆ ਮੈਂ ਚਲ ਕਨਫਿਊਜ਼ ਤਾਂ ਕਰਤਾ ਨਾ ਚਲ ਮੈਂ ਕਰਦਾ ਸੀ ਆ ਐਕਸਪਲੇਨੇਸ਼ਨ ਚਲ ਲੌਜੀਕ ਨਹੀਂ ਹੁੰਦਾ ਸੀ ਮੈਂ ਕਿਹਾ ਸਰ ਤੁਸੀਂ ਦੱਸੋ ਇਹ ਕਿਵੇਂ ਹੋਇਆ ਮੈਨੂੰ ਦੱਸ ਰਹੇ ਸਰ ਨੇ ਪਹਿਲਾਂ ਸੋਚਿਆ ਜੀ ਬਹਿਣਾ ਮੈਂ ਇਹਨੂੰ ਕੀ ਸਮਝਾਵਾਂ ਇਹ ਆਪ ਵੀ ਪਾਗਲ ਨਾ ਮੈਨੂੰ ਵੀ ਪਾਗਲ ਕੀਤਾ ਹੋਇਆ ਮਤਲਬ ਕਿ ਜਦੋਂ ਕਾਲਜ 'ਚ ਆਏ ਆ ਨਾ ਉਹੀ ਮਾਹੌਲ ਉਹੀ ਸਭ ਕੁਛ ਦੇਖ ਕੇ ਨਾ ਇੱਕ ਪੁਰਾਣੀਆਂ ਯਾਦਾਂ ਤਾਂ ਤਾਜ਼ੀਆਂ ਹੋਈਆਂ ਕਿ ਥੋੜ੍ਹੇ ਜਿਹੇ ਮਨ ਨੂੰ ਵੀ ਹੁੰਦਾ ਕਿ ਹਾਏ ਅਸੀਂ ਇੱਥੇ ਸੀਗੇ ਉਹ ਦਿਨ ਨਾ ਸਾਡੇ ਲਈ ਗੋਲਡਨ ਪੀਰੀਅਡ ਸੀ ਉਹ ਗੋਲਡਨ ਟਾਈਮ ਸੀਗਾ ਸਾਡੇ ਲਈ ਬਹੁਤ ਇੰਜੋਏ ਕੀਤਾ ਇਹ ਨਹੀਂ ਇੰਜੋਏ ਦੇ ਨਾਲ ਨਾਲ ਅਸੀਂ ਸਟੱਡੀ ਵੀ ਬਹੁਤ ਕੀਤੀ ਆ ਸਕੂਲ ਕਾਲਜ 'ਚ ਟੌਪਰ ਵੀ ਰਹੇ ਹਾਂ ਅਸੀਂ ਲਾਲਾ 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 ਲਾਲਾ
मिलते और बिछड़ जाते जैसे आप भी कभी बिछड़ जा सकते यार। जीवन में ढेरों साथी मिलते और बिछड़ जाते हैं परंतु उनकी यादों को ही हम समेट पाते हैं, परंतु उनकी यादों को ही हम समेट पाते हैं। जीवन का यह चक्र सदैव चलता रहता है, जीवन का यह चक्र सदैव चलता रहता है, परंतु यादों का यह सिलसिला यूं ही बनता रहता है। यादों का यह सिलसिला यूं ही बनता रहता है। उसने तो पता नहीं कितने पेजों की लिख देनी थी, मैंने कहा बस इतनी बोलते रहती हूँ। अफिनिटी 2022 पूर्व छात्र छात्राएं श्री गोट विनोद भारद्वाज जी उपप्रधान कॉलेज मैनेजिंग कमेटी। आज की सभा के मुख्य अतिथि डॉक्टर मीनाक्षी शर्मा सचिव कॉलेज मैनेजिंग कमेटी अभी उपस्थित नहीं है लेकिन उनको मेरा थैंक्स। सबसे प्यारे विद्यालय के पूर्व छात्र छात्राएं को विद्या